ਲੋ ਜੀ ਹੋ ਗਈ ਉਹੀ ਗੱਲ ਵੱਡੀ ਖਬਰ ਆ ਰਹੀ ਹੈ ਜਿਹਦੇ ਤੇ ਆਪਾਂ ਗੱਲ ਕਰਨ ਲੱਗੇ ਆ ਜੀਰਾ ਸ਼ਰਾਬ ਫੈਕਟਰੀ ਜਿਹਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸੀ ਖਬਰ ਆ ਰਹੀ ਹੈ ਕਿ ਬੰਦ ਕਰਨ ਦੇ ਹੁਕਮ ਵਾਪਸ ਲੈ ਲਏ ਗਏ ਨੇ ਕਿਉਂ ਵਾਪਸ ਲਏ ਨੇ ਕੀ ਗੱਲ ਹੋਈ ਹੈ ਕਿਵੇਂ ਵਾਪਸ ਲੈ ਲਏ ਪੂਰੀ ਗੱਲ ਤੁਹਾਨੂੰ ਦੱਸਦੇ ਆ ਹਰ ਇੱਕ ਬੰਦੇ ਤੱਕ ਸ਼ੇਅਰ ਕਰਕੇ ਭੇਜੀ ਜਾਇਓ ਦੇਖੋ ਅ ਜੀਰਾ ਸ਼ਰਾਬ ਫੈਕਟਰੀ ਜਿਸ ਨੂੰ ਬੰਦ ਕਰਨ ਦਾ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੇ ਸੀ ਕਿਉਂਕਿ ਵੱਡਾ ਮੋਰਚਾ ਲੱਗਿਆ ਸੀ ਔਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਦੋਂ ਮਾਮਲਾ ਪਹੁੰਚਿਆ ਕਿਵੇਂ ਪਹੁੰਚਿਆ ਅੱਜ ਤੋਂ ਕੁਝ ਦੇਰ ਪਹਿਲਾਂ ਕੀ ਹੋਇਆ ਕਿ ਫੈਕਟਰੀ ਮਾਲਕਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ ਅਰਜੀ ਲਾਈ ਵੀ ਸਾਡਾ ਪੱਖ ਸੁਣੋ ਤੇ ਸਾਡਾ ਪੱਖ ਸੁਣ ਕੇ ਸਾਨੂੰ ਫੈਕਟਰੀ ਚਲਾਉਣ ਦੀ ਇਜਾਜ਼ਤ ਦਿਓ ਕਿਉਂਕਿ ਉਹ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਕੋਈ ਪ੍ਰਦੂਸ਼ਣ ਨਹੀਂ ਕੀਤਾ ਕੁਝ ਵੀ ਗਲਤ ਨਹੀਂ ਹੋਇਆ ਤਾਂ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਹਨਾਂ ਦੀ ਗੱਲ ਤੇ ਗੌਰ ਨਹੀਂ ਕੀਤਾ ਜਿਵੇਂ ਗੱਲ ਆ ਰਹੀ ਹੈ ਤਾਂ ਫਿਰ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਗਏ ਹਾਈ ਕੋਰਟ ਜਾ ਕੇ ਉਹਨਾਂ ਨੇ ਫਿਰ ਇਹੀ ਅਰਜੀ ਲਾਈ ਵੀ ਸਾਡਾ ਪੱਖ ਨਹੀਂ ਸੁਣਿਆ ਗਿਆ ਤੇ ਫੈਕਟਰੀ ਬੰਦ ਕਰ ਦਿੱਤੀ ਗਈ ਹੈ ਮਾਨਯੋਗ ਹਾਈ ਕੋਰਟ ਨੇ ਕੀ ਕੀਤਾ ਉਹਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਕਿਹਾ ਵੀ ਇਹਨਾਂ ਦਾ ਪੱਖ ਸੁਣੋ ਤੇ ਇਹਨਾਂ ਦੇ ਪੱਖ ਦੇ ਵਿੱਚ ਜੋ ਤੱਤ ਸਬੂਤ ਨੇ ਉਹਨਾਂ ਨੂੰ ਵੀ ਵਾਚੋ ਤੇ ਫਿਰ ਫੈਸਲਾ ਲਾਓ ਇਹ ਗੱਲ ਮਾਰਚ ਦੀ ਦੱਸੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਵੀ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹਦੇ ਤੇ ਕੋਈ ਵੀ ਫੈਸਲਾ ਨਹੀਂ ਲਿਆ ਤਾਂ ਦੁਬਾਰਾ ਫੇਰ ਜਿਹੜੇ ਫੈਕਟਰੀ ਮਾਲਕ ਨੇ ਉਹ ਹਾਈ ਕੋਰਟ ਗਏ ਹਾਈ ਕੋਰਟ ਜਾ ਕੇ ਉਹਨਾਂ ਨੇ ਫੇਰ ਉਹੀ ਗੱਲ ਕਹੀ ਕਿ ਸਾਡਾ ਪੱਖ ਨਹੀਂ ਸੁਣਿਆ ਜਾ ਰਿਹਾ ਉਸ ਤੋਂ ਬਾਅਦ ਫਿਰ ਹੁਣ ਹਾਈ ਕੋਰਟ ਨੇ ਕੱਲ ਇਹ ਗੱਲ ਕੀਤੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਕਿ ਤੁਸੀਂ ਕਿਉਂ ਨਹੀਂ ਇਹਨਾਂ ਦਾ ਪੱਖ ਸੁਣਿਆ ਜਦੋਂ ਕਿ ਹਾਈ ਕੋਰਟ ਨੇ ਕਿਹਾ ਸੀ ਹੁਣ ਇਹਨਾਂ ਦਾ ਪੱਖ ਸੁਣੋ ਦੁਬਾਰਾ ਫੇਰ ਫੈਸਲਾ ਲੈਣਾ ਪਵੇਗਾ ਤੇ ਇਸ ਕਰਕੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਸ ਨੇ ਇੱਕ ਵਾਰ ਪਹਿਲਾਂ ਜਿਹੜੇ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸੀ ਉਹ ਵਾਪਸ ਲੈ ਲੈਣੀ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਵਾਪਸ ਲੈ ਲੈਣੇ ਔਰ ਇਹ ਖਬਰ ਜਿਹੜੀ ਆ ਕਾਫੀ ਸਾਰੇ ਚੈਨਲਾਂ ਦੇ ਉੱਪਰ ਆ ਰਹੀ ਹੈ ਵੱਡੇ ਵੱਡੇ ਚੈਨਲਾਂ ਤੇ ਆ ਰਹੀ ਹੈ ਔਰ ਖਬਰ ਸੱਚਮੁੱਚ ਵੱਡੀ ਹੈ ਵੱਡੀ ਕਿਉਂ ਹੈ ਵੱਡੀ ਇਸ ਕਰਕੇ ਹੈ ਕਿਉਂਕਿ ਸਾਰਾ ਜੀਰਾ ਇਲਾਕਾ ਦਰਜਨਾ ਸੈਂਕੜੇ ਪਿੰਡ ਨੇ ਜਿਹੜੇ ਉਹ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਮਹੀਨਿਆਂ ਬੱਧੀ ਤੋਂ ਉੱਥੇ ਬੈਠੇ ਨੇ ਕੰਮਕਾਰ ਛੱਡ ਕੇ ਜ਼ਰੂਰੀ ਔਰ ਉਹ ਇਹ ਕਹਿ ਰਹੇ ਨੇ ਕਿ ਸ਼ਰਾਬ ਫੈਕਟਰੀ ਵਾਲੇ ਥੱਲੇ ਪਾਣੀ ਪਾਉਂਦੇ ਨੇ ਉਹ ਕਹਿੰਦੇ ਨੇ ਸ਼ਰਾਬ ਫੈਕਟਰੀ ਵਾਲਿਆਂ ਨੇ ਗੰਦਾ ਜ਼ਹਿਰੀਲਾ ਪਾਣੀ ਇੰਨਾ ਜਿਆਦਾ ਮਾਤਰਾ ਚ ਥੱਲੇ ਪਾਇਆ ਔਰ ਇੰਨਾ ਪ੍ਰਦੂਸ਼ਣ ਕੀਤਾ ਕਿ ਲੋਕ ਕਹਿ ਰਹੇ ਨੇ ਸਾਡਾ ਸਾਰਾ ਪਾਣੀ ਖਰਾਬ ਹੋ ਗਿਆ ਸਾਡਾ ਮਿੱਟੀ ਖਰਾਬ ਹੋ ਰਹੀ ਹੈ ਹਵਾ ਸਾਡੇ ਇਲਾਕੇ ਦੀ ਖਰਾਬ ਹੋ ਗਈ ਹੈ ਔਰ ਉਹ ਕਹਿੰਦੇ ਨੇ ਸਾਡੇ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਬਿਮਾਰੀਆਂ ਪੈਦਾ ਹੋ ਗਈਆਂ ਨੇ ਉਹ ਕਹਿੰਦੇ ਨੇ ਘਰ ਘਰ ਬਿਮਾਰੀਆਂ ਨੇ ਇੱਥੋਂ ਤੱਕ ਕਿ ਪਸ਼ੂ ਵੀ ਸਾਡੇ ਮਰਨੇ ਸ਼ੁਰੂ ਹੋ ਗਏ ਨੇ ਇਹ ਖਰਾਬ ਪਾਣੀ ਦੇ ਨਾਲ ਔਰ ਇੱਥੋਂ ਤੱਕ ਉਹ ਲੋਕ ਕਹਿ ਰਹੇ ਨੇ ਉਹ ਕਹਿੰਦੇ ਕਿ ਫੈਕਟਰੀ ਵਾਲਿਆਂ ਨੇ ਕੁਝ ਲੋਕਾਂ ਦੇ ਪਸ਼ੂ ਮਰਨ ਤੇ ਮੁਆਵਜ਼ਾ ਵੀ ਦਿੱਤਾ ਉਹ ਕਹਿੰਦੇ ਨੇ ਕਿ ਮੁਆਵਜ਼ਾ ਕਿਉਂ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਹੈ ਹੁਣ ਦੇਖੋ ਇਹ ਗੱਲਾਂ ਲੋਕ ਕਹਿ ਰਹੇ ਨੇ ਉਸ ਤੋਂ ਬਾਅਦ ਇਹ ਮੋਰਚਾ ਜਦੋਂ ਪੂਰਾ ਪੰਜਾਬ ਪਧਰਾ ਬਣਿਆ ਵੱਡੀ ਗਿਣਤੀ ਪੁਲਿਸ ਫੋਰਸ ਉੱਥੇ ਲਾਈ ਗਈ ਜਦੋਂ ਪੂਰੇ ਪੰਜਾਬ ਚੋਂ ਲੋਕ ਆਉਣੇ ਸ਼ੁਰੂ ਹੋਏ ਤਾਂ ਦੂਜੇ ਪਾਸੇ ਲੋਕਾਂ ਦਾ ਮੋਰਚਾ ਹਟਾਉਣ ਦੇ ਲਈ ਕਈ ਜ਼ਿਲ੍ਹਿਆਂ ਦੀ ਪੁਲਿਸ ਸਰਕਾਰ ਨੇ ਉੱਥੇ ਲਾਈ ਪਰ ਉਧਰ ਦੂਜੇ ਪਾਸੇ ਮੋਰਚਾ ਵੀ ਓਨਾ ਹੀ ਹੀ ਵੱਡਾ ਹੁੰਦਾ ਗਿਆ ਲੋਕ ਇਹਦੇ ਪੱਖ ਦੇ ਵਿੱਚ ਇਕੱਠੇ ਹੁੰਦੇ ਗਏ ਇਹਦੇ ਦਰਮਿਆਨ ਫੈਕਟਰੀ ਮਾਲਕ ਜਿਹੜੇ ਉਦੋਂ ਵੀ ਮਾਨਯੋਗ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਹਾਈ ਕੋਰਟ ਨੇ ਉਦੋਂ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਫੈਕਟਰੀ ਵਾਲੇ ਕਹਿ ਰਹੇ ਨੇ ਕਿ ਸਾਡੀ ਫੈਕਟਰੀ ਦਾ ਗੇਟ ਕੁਝ ਲੋਕਾਂ ਨੇ ਬੰਦ ਕੀਤਾ ਹੈ ਤੁਸੀਂ ਉਹਨਾਂ ਨੂੰ ਉਥੋਂ ਉਠਵਾ ਨਹੀਂ ਰਹੇ ਇਸ ਕਰਕੇ ਫੈਕਟਰੀ ਦਾ ਕਾਫੀ ਨੁਕਸਾਨ ਹੋ ਗਿਆ ਤੇ 20 ਕਰੋੜ ਰੁਪਈਆ ਜੁਰਮਾਨਾ ਸਰਕਾਰ ਨੂੰ ਪਾਇਆ ਗਿਆ ਸੀਗਾ ਅਦਾਲਤ ਦੁਆਰਾ ਤਾਂ ਉਹ ਪੈਸੇ ਅਦਾ ਵੀ ਕੀਤੇ ਸੀ ਸਰਕਾਰ ਨੇ ਉਸ ਤੋਂ ਬਾਅਦ ਮੋਰਚਾ ਵਧਦਾ ਗਿਆ ਲੋਕ ਇਹ ਕਹਿ ਰਹੇ ਸੀ ਕਿ ਕੀ ਸੈਂਕੜੇ ਪਿੰਡ ਝੂਠ ਬੋਲ ਰਹੇ ਨੇ ਇਕੱਲੇ ਫੈਕਟਰੀ ਵਾਲੇ ਹੀ ਸੱਚ ਬੋਲ ਰਹੇ ਨੇ ਫੈਕਟਰੀ ਵਾਲਿਆਂ ਦਾ ਇਹ ਕਹਿਣਾ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਏਜੰਸੀਆਂ ਉਹਨਾਂ ਨੇ ਸਾਡੇ ਪੱਖ ਚ ਰਿਪੋਰਟ ਪੇਸ਼ ਕੀਤੀ ਹੈ ਪਰ ਲੋਕ ਕਹਿ ਰਹੇ ਨੇ ਲੋਕਾਂ ਦਾ ਇਹ ਦੋਸ਼ ਹੈ ਕਿ ਪਾ ਆਪਣੇ ਦੇਸ਼ ਚ ਭ੍ਰਿਸ਼ਟਾਚਾਰ ਬਹੁਤ ਹੈ ਕਈ ਅਧਿਕਾਰੀ ਕਈ ਜਿਹੜੇ ਏਜੰਸੀਆਂ ਨੇ ਉਹ 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 ਉਹਨਾਂ ਦੀ ਖਰੀਦੋ-ਫਰੋਖਤ ਵੀ ਹੋ ਜਾਂਦੀ ਹੈ ਤੇ ਲੋਕ ਇਹ ਕਹਿ ਰਹੇ ਸੀ ਕਿ ਐਦਾਂ ਰਿਸ਼ਵਤਾਂ ਦੇ ਦੂ ਕਿ ਵੀ ਰਿਪੋਰਟ ਜਿਹੜੀ ਆ ਉਹ ਆਪਦੇ ਪੱਖ ਚ ਲਈ ਹੋ ਸਕਦੀ ਹੈ ਕਿਉਂਕਿ ਇਸ ਦੇਸ਼ ਚ ਭ੍ਰਿਸ਼ਟਾਚਾਰ ਬਹੁਤ ਹੈ ਪਰ ਫੈਕਟਰੀ ਮਾਲ ਕਹਿ ਰਹੇ ਸੀ ਅਸੀਂ ਇੰਜ ਨਹੀਂ ਕੀਤਾ ਹੁਣ ਉਸ ਤੋਂ ਬਾਅਦ ਜਦੋਂ ਮੋਰਚਾ ਵੱਡਾ ਹੋ ਗਿਆ ਸਰਕਾਰ ਵੀ ਇਸ ਮੁੱਦੇ ਤੇ ਫਸਣ ਲੱਗ ਪਈ ਤਾ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਲੋਕਾਂ ਨੇ ਬੜੀ ਵਾਹਵਾ ਕੀਤੀ ਸੀ ਵੀ ਮੁੱਖ ਮੰਤਰੀ ਨੇ ਬਹੁਤ ਵਧੀਆ ਫੈਸਲਾ ਲਿਆ ਲੋਕਾਂ ਦਾ ਪੱਖ ਸੁਣ ਕੇ ਲੋਕਾਂ ਦੇ ਪੱਖ ਵਿੱਚ ਫੈਸਲਾ ਲਿਆ ਤਾਂ ਮੁੱਖ ਮੰਤਰੀ ਉਸ ਤੋਂ ਬਾਅਦ ਇਹ ਗੱਲ ਦਾ ਦਾਵਾ ਵੀ ਕਰਦੇ ਰਹੇ ਨੇ ਮੁੱਖ ਮੰਤਰੀ ਤਾਂ ਅੱਜ ਤੋਂ 4 ਦਿਨ ਪਹਿਲਾਂ ਵੀ ਇੱਕ ਜਗ੍ਹਾ ਤੇ ਬੋਲੇ ਨੇ ਕਿ ਜਦੋਂ ਹੀ ਮੈਨੂੰ ਇਹ ਸਪਸ਼ਟ ਹੋਇਆ ਕਿ ਫੈਕਟਰੀ ਵਾਕਈ ਪ੍ਰਦੂਸ਼ਣ ਕਰ ਰਹੀ ਆ ਮੈਂ ਬੰਦ ਕਰਤੀ ਪਰ ਉਸ ਤੋਂ ਬਾਅਦ ਹੁਣ ਇਹ ਨਵੀਂ ਗੱਲ ਆ ਗਈ ਹੈ ਨਵੀਂ ਗੱਲ ਕੀ ਆਈ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਵਾਰ ਹੁਕਮ ਵਾਪਸ ਲੈ ਲਨੇ ਹੁਣ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਇਹਦੇ ਤੇ ਕੀ ਸਟੈਂਡ ਲਾਏਗੀ ਕੀ ਹੁਣ ਫੈਕਟਰੀ ਚੱਲੇਗੀ ਕੀ ਹੁਣ ਲੋਕਾਂ ਦਾ ਉੱਥੇ ਜਿਹੜਾ ਮੋਰਚਾ ਲੱਗਾ ਉਹ ਹਟਾਇਆ ਜਾਏਗਾ ਜਾਂ ਫਿਰ ਪਹਿਲਾਂ ਵਾਂਗ ਲੋਕਾਂ ਦਾ ਮੋਰਚਾ ਉੱਥੇ ਵਧੇਗਾ ਕੀ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਤਣਾ ਤਣੀ ਬਣੇਗੀ ਪੁਲਿਸ ਫੋਰਸ ਲੱਗੇਗੀ ਕੀ ਹੋਏਗਾ ਇਹ ਆਉਣ ਵਾਲੇ ਦਿਨ ਦੱਸਣਗੇ ਪਰ ਫਿਲਹਾਲ ਫਿਲਹਾਲ ਇਹ ਹੈ ਕਿ ਫੈਕਟਰੀ ਬੰਦ ਹੈ ਉਧਰ ਫੈਕਟਰੀ ਵਾਲੇ ਅਦਾਲਤ ਗਏ ਹੋਏ ਨੇ ਅਦਾਲਤ ਨੇ ਕੁਝ ਜਿਹੜੇ ਤੱਥ ਫੈਕਟਰੀ ਵਾਲੇ ਪੁਗਤਾ ਰਹੇ ਨੇ ਉਹਨਾਂ ਦੇ ਬੇਸ ਦੇ ਉੱਪਰ ਅੱਗੇ ਕੁਝ ਚੀਜ਼ਾਂ ਕੀਤੀਆਂ ਨੇ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਦਾਲਤ ਨੇ ਤਾਂ ਉਹੀ ਗੱਲ ਕਰਨੀ ਹੈ ਜੋ ਤੱਥਾਂ ਸਬੂਤਾਂ ਦੇ ਰਾਈ ਸਾਹਮਣੇ ਆਏਗੀ ਤੇ ਕਈ ਵਾਰੀ ਜੇਕਰ ਸਰਕਾਰ ਦਾ ਵਕੀਲ ਹੈ ਜਿਹੜਾ ਉਹੀ ਉਥੇ ਕਮਜ਼ੋਰੀ ਦੇ ਨਾਲ ਪੇਸ਼ ਆਏਗਾ ਜਾਂ ਉਹਨੇ ਤੱਥ ਸਬੂਤ ਉਹਨੀ ਤਿਆਰੀ ਨਾਲ ਨਹੀਂ ਪੁਗਤਾ ਸਕੇਗਾ ਅਦਾਲਤ ਨੂੰ ਤਾਂ ਫਿਰ ਆਪੇ ਹੀ ਜਿਹੜੀ ਸ਼ਰਾਬ ਫੈਕਟਰੀ ਹੈ ਉਹ ਉਹ ਉਹਦੀ ਉਹਦੀ ਉਹਦੇ ਵਿਚਾਰ ਨੂੰ ਵੱਧ ਮਹੱਤਤਾ ਮਿਲੇਗੀ ਉਹਨਾਂ ਦੀ ਗੱਲ ਕੋਰਟ ਜਿਹੜੀ ਆ ਉਹਨੂੰ ਠੀਕ ਲੱਗੇਗੀ ਤੇ ਉਹ ਮੰਨ ਲਈ ਜਾਏਗੀ ਤਾਂ ਫਿਰ ਕੌਣ ਜ਼ਿੰਮੇਵਾਰ ਹੋਏਗਾ ਇਸ ਕਰਕੇ ਜੇ ਤਾਂ ਸੱਚਮੁੱਚ ਉਹ ਫੈਕਟਰੀ ਉਦਾਂ ਹੀ ਪ੍ਰਦੂਸ਼ਣ ਕਰ ਰਹੀ ਹੈ ਜਿਵੇਂ ਕਿ ਲੋਕ ਕਹਿ ਰਹੇ ਨੇ ਜਿਵੇਂ ਕਿ ਉਹ ਇਲਾਕਾ ਕਹਿ ਰਿਹਾ ਹੈ ਤਾਂ ਫਿਰ ਇੱਥੇ ਇੱਕ ਵੱਡਾ ਸਵਾਲ ਹੀ ਬਣਦਾ ਹੈ ਕਿ ਫਿਰ ਪੰਜਾਬ ਸਰਕਾਰ ਨੂੰ ਅੱਜ ਇਹਦੇ ਉੱਪਰ ਆਪਦੀ ਨਵੀਂ ਰਣਨੀਤੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਕਿ ਇਹਦਾ ਕੀ ਕੀਤਾ ਜਾਏ ਕਿਉਂਕਿ ਫੈਸਲਾ ਇਹ ਆ ਗਿਆ ਔਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਵਾਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਗੱਲ ਆ ਰਹੀ ਹੈ ਚੈਨਲਾਂ ਦੇ ਉੱਪਰ ਕਿ ਹੁਕਮ ਵਾਪਸ ਲੈ ਲੈਣੇ ਬੰਦ ਕਰਨ ਦੇ ਇੱਥੇ ਇਤਰਾਜ਼ ਇਹ ਵੀ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਹ ਜੁਬਾਨੀ ਹੁਕਮ ਜਾਰੀ ਕਰਤੇ ਪਰ ਲਿਖਤੀ ਆਰਡਰ ਜਾਰੀ ਨਹੀਂ ਕੀਤੇ ਲਿਖਤੀ ਨੋਟੀਫਿਕੇਸ਼ਨ ਨਹੀਂ ਕੀਤਾ ਕਿਸਾਨ ਜਥੇਬੰਦੀਆਂ ਹੋਰ ਜਿਹੜੇ ਲੋਕ ਨੇ ਉਹ ਆਮ ਹੀ ਇਹ ਕਹਿੰਦੇ ਰਹੇ ਨੇ ਕਿ ਜੇਕਰ ਮੁੱਖ ਮੰਤਰੀ ਸੱਚਮੁੱਚ ਬੰਦ ਕਰਨਾ ਚਾਹੁੰਦੇ ਨੇ ਤਾਂ ਲਿਖਤੀ ਨੋਟੀਫਿਕੇਸ਼ਨ ਫੈਕਟਰੀ ਨੂੰ ਬੰਦ ਕਰਨ ਦਾ ਹੁਣ ਤੱਕ ਜਾਰੀ ਕਿਉਂ ਨਹੀਂ ਕੀਤਾ ਗਿਆ ਇਹ ਸਵਾਲ ਉੱਠਦੇ ਰਹੇ ਨੇ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਲਬਰੀਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ